वाबे किस्मत बीजिया लसन तोड़िया मिर्चा। जी हाँ, ये सुन के तुहानु थोड़ा अटपटा तो जरूर लग्या होएगा, लेकिन अजिहा कुछ सच कर विखाया है कपूरथला दे किसान जसजीत सिंह ने। पिंड बोलपुर दे जसजीत ने दस्या कि उसने अपने खेत दे विच शिमला मिर्चा लगाईया सन ते इस दे नाल ही लसन भी बीज दिता। सो शायद लसन दी फसल दा प्रभाव सामने आया जो उसके खेतों विच बीजिया शिमला मिर्चा दा झाड़ पहला नालों किते वधेरे होया। इन्ना ही नहीं, इन्हां दे विचों वधेरे शिमला मिर्चा अद्धा किलो तो भी वध वजन दी इक ही है। सो इस अनोखी खेती बारे सुन लोग वेखण आ रहे हन। मेरा नाम जसजीत सिंह, पिंड बोलपुर, जिला कपूरथला। आपने इन्नी वधिया जी मिर्च हुई है, इहदा की कारण है जी? इहदे बारे कोई सानू दसो भी, इहदे तुसीं कुछ खास करदे हो जी? इहदे बारे खास इहदा इह जदों तों मिर्च लाउणी शुरू कीती असीं, पहलां लाउंदे सी कल्ली शिमला मिर्ची ਅਤੇ ਹੁਣ ਅਸੀਂ ਨਾਲ ਲਸਣ ਲਾਉਣਾ ਸ਼ੁਰੂ ਕੀਤਾ। ਇਹ ਲਸਣ ਦਾ ਕਾਰਨ ਆ ਕਿ ਪੈਦਾਵਾਰ ਜਿਹੜੀ ਆ ਮਿਰਚ ਦੀ ਜ਼ਿਆਦਾ ਹੋ ਰਹੀ ਆ। ਇਹ ਕਿੰਨਾ ਏਰੀਆ ਲਾਇਆ ਜੀ? ਅਸੀਂ 2 ਕਿੱਲੇ ਲਾਉਂਦੇ ਹਾਂ ਜੀ। ਇਸ ਦੇ ਨਾਲ ਹੀ ਸ਼ਿਮਲਾ ਮਿਰਚ ਦੀ ਖੇਤੀ ਕਰਨ ਵਾਲੇ ਜਸਜੀਤ ਸਿੰਘ ਅਤੇ ਇੱਕ ਹੋਰ ਕਿਸਾਨ ਰਣਜੀਤ ਸਿੰਘ ਥਿੰਦ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਸ਼ਿਮਲਾ ਮਿਰਚ ਦੀ ਖੇਤੀ ਕਰਦੇ ਆ ਰਹੇ ਹਨ, ਪਰੰਤੂ ਇਸ ਵਾਰ ਕੋਰੋਨਾ ਦੇ ਚੱਲਦਿਆਂ ਉਹਨਾਂ ਦੀ ਸਬਜ਼ੀ 1-2 ਰੁਪਏ ਪ੍ਰਤੀ ਕਿਲੋ ਦੇ ਭਾਅ ਤੇ ਵਿਕ ਰਹੀ ਹੈ। ਅਜਿਹੇ ਦੇ ਵਿੱਚ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਬੁਰੇ ਵਕਤ ਵਿੱਚ ਸਰਕਾਰ ਉਹਨਾਂ ਦੀ ਉਸੇ ਤਰ੍ਹਾਂ ਬਾਹ ਫੜੇ ਜਿਸ ਤਰ੍ਹਾਂ ਉਦਯੋਗਪਤੀਆਂ ਦੀ ਬਾਹ ਫੜੀ ਜਾ ਰਹੀ ਹੈ। ਮੰਡੀਕਰਨ ਬਾਰੇ ਬਹੁਤ ਪ੍ਰੋਬਲਮ ਆ ਰਹੀ ਆ। ਮੰਡੀ ਦੇ ਵਿੱਚ ਮਿਰਚ ਨਹੀਂ ਲੈ ਰਿਹਾ ਕੋਈ ਵੀ, ਅਤੇ ਜੇ ਜਾ ਵੀ ਰਹੀ ਆ ਤਾਂ 1.5-2 ਰੁਪਏ ਮਿਰਚ ਜਾ ਰਹੀ ਆ, ਜਿਹੜਾ ਕਿ ਲੇਬਰ ਦਾ ਹੀ ਖਰਚਾ ਅਸੀਂ ਪੂਰਾ ਆਉਂਦਾ, ਜ਼ਿਮੀਂਦਾਰ ਨੂੰ ਤਾਂ ਕੁਛ ਵੀ ਨਹੀਂ ਬਚਦਾ ਇਹਦੇ 'ਚ, ਅਤੇ ਇਸ ਕਰਕੇ ਜ਼ਿਮੀਂਦਾਰ ਦਾ ਤਾਂ ਬਹੁਤ ਨੁਕਸਾਨ ਹੋ ਰਿਹਾ ਇਸ ਟਾਈਮ। ਇੰਨੀ ਵਧੀਆ ਮਿਰਚ ਪੈਦਾ ਕਰਨ ਨਾਲ ਇਲਾਕੇ ਦੀ ਜਿਹੜੇ ਲੋਕ ਵਾ ਇਹਨੂੰ ਦੇਖਣ ਆ ਰਿਹਾ, ਇਹਦੇ ਬਾਰੇ ਤੁਸੀਂ ਦੱਸੋ। ਇਹ ਮਿਰਚ ਦੀ ਬਹੁਤ ਚਰਚਾ ਹੋ ਰਹੀ ਹੈ। ਇਹ ਮਿਰਚ ਦੀ ਚਰਚਾ ਇਹ ਆ ਵੀ ਸਿਰਫ ਪਹਿਲੇ ਤਾਂ ਅਸੀਂ ਜਿੱਦਾਂ ਮਿਰਚ ਲਾਉਂਦੇ ਜੀ, ਇਹ ਲਸਣ ਲਾਉਣ ਕਾਰਨ ਕਰਕੇ ਇੱਥੋਂ ਸਾਡੀ ਪੈਦਾਵਾਰ ਜਿਹੜੀ ਮਿਰਚ ਦੀ ਆ ਬਹੁਤ ਵਧੀਆ। ਹਰ ਮਿਰਚ ਕੋਈ 300 ਗ੍ਰਾਮ ਦੀ, 400 ਗ੍ਰਾਮ ਦੀ, ਕੋਈ 450-500 ਗ੍ਰਾਮ ਤੱਕ, 470 ਗ੍ਰਾਮ ਤੱਕ ਵੱਡੀ ਤੋਂ ਵੱਡੀ ਮਿਰਚ ਨਿਕਲੀ ਆ। 25 ਸਾਲ ਤੋਂ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹਾਂ। ਮੈਂ ਸ਼ਿਮਲਾ ਮਿਰਚ ਅਤੇ ਲਸਣ ਦੀ ਸਾਂਝੀ ਕਾਸ਼ਤ ਕਰਦਾ ਹਾਂ। ਇਸ ਵਾਰ ਮੈਂ 4 ਏਕੜ 'ਤੇ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਹੈ। ਇਸ ਵਾਰ ਲਗਭਗ ਮੇਰਾ 4 ਲੱਖ ਰੁਪਈਆ ਖਰਚਾ ਆ ਗਿਆ ਹੈ। ਇਸ ਦਾ ਬੀਜ ਕਾਫੀ ਮਹਿੰਗਾ ਹੁੰਦਾ ਹੈ, ਲਗਭਗ 1.5 ਲੱਖ ਰੁਪਏ ਕਿਲੋ ਹੁੰਦਾ ਹੈ। ਇਸ ਵਾਰ ਕਰੋਨਾ ਵਾਇਰਸ ਕਾਰਨ ਸਬਜ਼ੀਆਂ ਦੀ ਵਿਕਰੀ ਨਹੀਂ ਹੋ ਰਹੀ, ਟਰਾਂਸਪੋਰਟ ਦੀ ਸਮੱਸਿਆ ਆਉਣ ਕਾਰਨ ਕੋਈ ਦੂਰ ਨੇੜੇ ਨਹੀਂ ਜਾ ਰਹੀ, ਅਤੇ ਕਿਸਾਨਾਂ ਨੇ ਇਸ ਨੂੰ ਤੋੜਨਾ ਹੀ ਛੱਡ ਦਿੱਤਾ ਹੈ, ਕਿਉਂਕਿ ਉਹਨਾਂ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ। ਕੁਝ ਕਿਸਾਨ ਵੀਰ ਇਸ ਨੂੰ ਵਾਹੁਣ ਦੀ ਤਿਆਰੀ ਕਰ ਰਹੇ ਨੇ। ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਔਖੇ ਟਾਈਮ ਕਿਸਾਨਾਂ ਦੀ ਬਾਂਹ ਫੜੀ ਜਾਵੇ ਤਾਂ ਜੋ ਉਹਨਾਂ ਦੀ ਕੁਝ ਲਾਗਤ ਖਰਚਾ ਮੁੜ ਆਵੇ। ਅਜੀਤ ਦੇ ਲਈ ਕਪੂਰਥਲਾ ਤੋਂ ਅਮਰਜੀਤ ਸਿੰਘ ਸਰਡਾਣਾ ਦੀ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।